ਸਤਿ ਸ਼੍ਰੀ ਅਕਾਲ, ਤੁਸੀਂ ਸੁਣ ਰਹੇ ਹੋ ਸਾਡੀ ਅਤੇ ਤੁਹਾਡੀ ਸਾਰਿਆਂ ਦੀ ਗੱਲ ਪੰਜਾਬ ਦੀ। ਮੈਂ ਹਾਂ ਰਣਜੀਤ ਕੌਰ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀ ਹੈੱਡਲਾਈਨਸ 'ਤੇ। ਜ਼ਾਕਿਰ ਮੂਸਾ ਨੂੰ ਲੈ ਕੇ ਥਾਂ ਥਾਂ 'ਤੇ ਹੋ ਰਹੀਆਂ ਨੇ ਤਲਾਸ਼ੀਆਂ। ਲੁਧਿਆਣਾ ਵਿੱਚ ਵੀ ਚਲਾਇਆ ਗਿਆ ਤਲਾਸ਼ੀ ਅਭਿਆਨ। ਸੇਬ ਦੀ ਬਾਗਵਾਨੀ ਕਰਨ ਵਾਲੇ ਆੜ੍ਹਤੀਆਂ ਦੀ ਲੁੱਟ ਤੋਂ ਪਰੇਸ਼ਾਨ। ਬਾਗਵਾਨੀ ਕਰਨ ਵਾਲੇ ਸੇਬ ਦੀ ਬਾਗਵਾਨੀ ਛੱਡਣ ਨੂੰ ਮਜਬੂਰ। ਪਹਾੜਾਂ ਦੀ ਰਾਣੀ ਸ਼ਿਮਲਾ ਵਿੱਚ ਕਈ ਇਮਾਰਤਾਂ ਦਹਿਸ਼ਤ ਦੇ ਸਾਏ ਵਿੱਚ। ਕਦੇ ਵੀ ਵਾਪਰ ਸਕਦਾ ਵੱਡਾ ਹਾਦਸਾ। ਪ੍ਰਸ਼ਾਸਨ ਨਹੀਂ ਦੇ ਰਿਹਾ ਕੋਈ ਧਿਆਨ। ਹੈਲਮਟ ਪਾ ਕੇ ਆਏ ਚੋਰਾਂ ਨੇ ਚੋਰੀ ਦੀ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ। ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਘਟਨਾ। ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਕਾਰਵਾਈ ਸ਼ੁਰੂ। ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਸ਼੍ਰੋਮਣੀ ਅਕਾਲੀ ਦਲ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ਭੁੱਲਾਂ ਬਖਸ਼ਾਉਣ ਲਈ ਆਏ ਹਾਂ ਸ੍ਰੀ ਅਕਾਲ ਤਖ਼ਤ ਸਾਹਿਬ। ਅਕਾਲੀ ਦਲ ਦੇ ਮੁਆਫ਼ੀ ਮੰਗਣ 'ਤੇ ਆਇਆ ਮੱਕੜ ਦਾ ਬਿਆਨ। ਕਿਹਾ, ਗੁਨਾਹਾਂ ਲਈ ਪਸ਼ਚਾਤਾਪ ਕਰਨਾ ਚੰਗੀ ਗੱਲ। ਜਲੰਧਰ ਦੀ ਸ਼ੂਗਰ ਮਿੱਲ ਵਿੱਚ ਹੋਇਆ ਹੰਗਾਮਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਕਰਵਾਇਆ ਸ਼ਾਂਤ। ASI ਨੇ ਆਪਣੇ ਹੀ ਬੇਟੇ 'ਤੇ ਚਲਾਈ ਗੋਲੀ। ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਕਾਰਵਾਈ ਸ਼ੁਰੂ। ਰੌਕੀ ਮਿੱਤਲ ਨੇ ਕੀਤਾ ਰਤੀਆ ਇਲਾਕੇ ਦਾ ਦੌਰਾ। ਨਸ਼ੇ ਦੀ ਰੋਕਥਾਮ ਜਲਦ ਕਰਨ ਦਾ ਲੋਕਾਂ ਨੂੰ ਦਿੱਤਾ ਭਰੋਸਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਹਰਿਆਣਾ ਦੇ ਫਤਿਹਾਬਾਦ ਵਿੱਚ ਅੱਧੀ ਰਾਤ ਨੂੰ ਇੱਕ ਘਰ ਵਿੱਚ ਚੋਰ ਹੈਲਮਟ ਪਾ ਕੇ ਦਾਖਿਲ ਹੋਏ ਅਤੇ ਘਰ ਵਿੱਚ ਪਈ ਨਕਦੀ ਅਤੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਇਹ ਪੂਰਾ ਮਾਮਲਾ ਘਰ ਵਿੱਚ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਿਆ। CCTV ਵਿੱਚ ਚੋਰਾਂ ਦੇ ਨਾਲ ਇੱਕ ਔਰਤ ਵੀ ਨਜ਼ਰ ਆ ਰਹੀ ਹੈ। ਉਸ ਔਰਤ ਨੇ ਵੀ ਹੈਲਮਟ ਪਾਇਆ ਹੋਇਆ ਅਤੇ ਉਹ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੀ ਹੋਈ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਚੋਰੀ ਹੋਈ ਉਸ ਸਮੇਂ ਪਰਿਵਾਰ ਵਾਲੇ ਬਾਹਰ ਗਏ ਹੋਏ ਸੀ। ਜਦੋਂ ਉਹ ਵਾਪਿਸ ਆਏ ਤਾਂ ਇਸ ਬਾਰੇ ਖੁਲਾਸਾ ਹੋਇਆ। SHO ਰਛਪਾਲ ਸਿੰਘ ਨੇ ਦੱਸਿਆ ਕਿ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਅਤੇ CCTV ਫੁਟੇਜ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਹਾਂਜੀ, ਚਾਰ ਮਰਲਾ ਕਲੋਨੀ ਮੇ ਚੋਰੀ ਵਾਲਾ ਕਿਉਂ? ਇਹ ਚਾਰ ਮਰਲਾ ਕਲੋਨੀ ਮੇ ਦੀਵਾਨ ਸਿੰਘ ਨਾਮ ਸੇ ਵਿਅਕਤੀ ਹੈ, ਉਹ ਘਰ ਸੇ ਬਾਹਰ ਗਿਆ ਹੋਇਆ ਥਾ। ਤੋ ਉਸਨੇ ਕੱਲ ਥਾਣਾ ਮੇ ਆਕਰ ਕੇ ਇੱਕ ਦਰਖਾਸਤ ਦੀ, ਜਿਸ ਪਰ ਹਮਨੇ ਜਾ ਕਰਕੇ ਵਹਾਂ ਜਾਂਚ ਪੜਤਾਲ ਕੀ। ਫੋਰੈਂਸਿਕ ਟੀਮ ਕੋ ਵੀ ਬੁਲਾਇਆ ਗਿਆ। ਤੋ ਉਸਮੇ ਚਾਰ ਆਦਮੀ ਔਰ ਇੱਕ ਮਹਿਲਾ ਕਾ ਸ਼ੱਕ ਲੱਗ ਰਿਹਾ ਹਮਾਰੇ ਕੋ। ਤੋ ਉਹ ਬਾਈਕ ਪੇ ਆਏ ਹੈ ਔਰ ਹੈਲਮਟ ਲਗਾਇਆ ਹੈ, ਉਨਕੇ ਚਿਹਰੇ ਸਮਝ ਮੇ ਨਹੀਂ ਆ ਰਹੇ। ਉਹ ਤਾਲਾ ਤੋੜ ਕੇ ਅੰਦਰ ਜਾਤੇ ਹੈ ਔਰ ਫਿਰ ਵਾਪਸੀ ਆਤੇ ਹੋਏ ਦਿਖਾਈ ਦਿੱਤੇ ਹੈ। ਕਿਆ ਕਿਆ ਲੈ ਕੇ ਗਏ ਹਾਂ? ਉਹ 35,000 ਰੁਪਏ, 2 ਸੋਨੇ ਕੀ ਅੰਗੂਠੀ ਔਰ ਇੱਕ ਸੋਨੇ ਕੀ ਚੇਨ ਲੈ ਕੇ ਗਏ। ਤੋ ਫਿਰ ਕਾਰਵਾਈ ਕਿਆ ਕੀ ਹੈ? ਅਭਿਯੋਗ ਅੰਕਿਤ ਕਰ ਲਿਆ ਹੈ ਔਰ ਫੁਟੇਜ ਕੇ ਆਧਾਰ ਪਰ ਉਨਕੀ ਪਹਿਚਾਨ ਕੀ ਜਾ ਰਹੀ ਹੈ ਔਰ ਜਲਦੀ ਉਨਕੋ ਗ੍ਰਿਫਤਾਰ ਕਰ ਲਿਆ। ਪਿਛਲੇ ਲੰਮੇ ਸਮੇਂ ਤੋਂ ਮੁਸੀਬਤਾਂ ਵਿੱਚ ਘਿਰਿਆ ਸਮੁੱਚਾ ਅਕਾਲੀ ਦਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਣ ਲਈ ਪਹੁੰਚਿਆ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਵੀ ਕਈ ਸੀਨੀਅਰ ਲੀਡਰ ਮੌਜੂਦ ਸਨ। ਉਹਨਾਂ ਵੱਲੋਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਰਖਵਾਏ ਗਏ, ਜਿਨ੍ਹਾਂ ਦੇ ਭੋਗ 10 ਦਸੰਬਰ ਨੂੰ ਪਾਏ ਜਾਣਗੇ। ਦੱਸ ਦਈਏ ਕਿ ਇਸ ਅਖੰਡ ਪਾਠ ਸਾਹਿਬ ਦਾ ਮਕਸਦ ਅਕਾਲੀ ਦਲ ਵੱਲੋਂ ਕੀਤੀਆਂ ਭੁੱਲਾਂ ਬਖਸ਼ਾਉਣਾ। ਇਸ ਮੌਕੇ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜੋੜੇ ਸਾਫ਼ ਕਰਨ ਦੀ ਸੇਵਾ ਕੀਤੀ ਗਈ। ਦੱਸ ਦਈਏ ਕਿ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਅਤੇ ਸੁਖਬੀਰ ਬਾਦਲ ਅੱਜ ਇੱਕ ਵੱਖਰੇ ਰੂਪ ਵਿੱਚ ਨਜ਼ਰ ਆਏ। ਉਹ ਦਾੜਾ ਖੁੱਲ੍ਹਾ ਛੱਡ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਹੋਏ ਸਨ। ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਅੱਜ ਜ਼ਿਆਦਾ ਸਵਾਲਾਂ ਦੇ ਜਵਾਬ ਨਹੀਂ ਦੇਣਗੇ, ਪਰ ਉਹਨਾਂ ਨੇ ਇੰਨਾ ਜ਼ਰੂਰ ਕਿਹਾ ਕਿ ਭੁੱਲਾਂ ਸਾਰਿਆਂ ਤੋਂ ਹੋ ਜਾਂਦੀਆਂ ਨੇ ਅਤੇ ਉਹ ਅੱਜ ਇੱਥੇ ਭੁੱਲਾਂ ਬਖਸ਼ਾਉਣ ਲਈ ਆਏ ਨੇ। ਇਸ ਦੇ ਨਾਲ ਹੀ ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਵਿਰੋਧੀਆਂ ਵੱਲੋਂ ਉਹਨਾਂ ਦੇ ਇਸ ਮੁਆਫ਼ੀ ਮੰਗਣ ਨੂੰ ਚੋਣਾਂ ਨਾਲ ਜੋੜਿਆ ਜਾ ਰਿਹਾ, ਤਾਂ ਉਹਨਾਂ ਨੇ ਕਿਹਾ ਕਿ ਉਹ ਅੱਜ ਇੱਥੇ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਅਤੇ ਉਹਨਾਂ ਨੇ ਕਿਹਾ ਕਿ ਵਿਰੋਧੀ ਸਾਰੇ ਹੀ ਸਾਡੇ ਤੋਂ ਵੀ ਚੰਗੇ ਨੇ। ਵਿਰੋਧੀ ਨੇ ਵਿਰੋਧ ਹੀ ਕਰਨਾ ਹੈ ਉਹਨਾਂ ਨਾਲ, ਨਾ ਧਰਮ ਨਾਲ ਹੈ ਨਾ ਕਿਸੇ ਚੀਜ਼ ਨਾਲ ਹੈ। ਇਸ ਕਰਕੇ ਮੈਂ ਨਾ ਨਿੰਦਾ ਉਹਨਾਂ ਨੂੰ, ਉਹ ਸਾਰੇ ਮੇਰੇ ਨਾਲ ਚੰਗੇ। ਸਿੱਖ ਭਾਈਚਾਰੇ ਕਹਿ ਰਹੇ ਕਿ
ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਭੁੱਲ ਬਖਸ਼ਾ ਲੈਣੀ ਚਾਹੀਦੀ ਸੀ। ਮੈਂ ਸਾਰਿਆਂ ਦਾ ਜਵਾਬ ਦੇਵਾਂਗਾ ਜੀ, ਦੋ ਤਿੰਨ ਆਰਾਮ ਕਰੋ ਜੀ। ਪਰ ਬਸ ਸਾਹਿਬ ਤੁਸੀਂ ਬਹੁਤ, ਅਕਾਲੀ ਦਲ ਬਹੁਤ ਉੱਪਰ ਹੇਠਾਂ ਗਿਆ, ਬਹੁਤ ਸਾਰੇ ਗਰਾਊਂਡ ਗਈ, ਪਰ ਅੱਜ ਦਾ ਕੋਈ ਨਹੀਂ, ਅਖੀਰ ਜਿੱਤ ਜਿਹੜੀ ਹੁੰਦੀ ਹੈ ਸੱਚਾਈ ਦੀ ਹੁੰਦੀ ਹੈ। ਮੈਂ ਇਹ ਤੋਂ ਕੋਈ ਇਹੋ ਜਿਹਾ ਬੰਦਾ ਹੈ ਚੀਜ਼ ਤੋਂ ਕੋਈ ਭੁੱਲ ਨਹੀਂ ਹੁੰਦੀ, ਦੋਥੋਂ ਵੀ ਕਈ ਗੱਲਾਂ ਹੁੰਦੀਆਂ। ਸਵੇਰੇ ਸ਼ਾਮ ਰੋਜ਼ ਆ ਤੇ ਆਪਾਂ ਅਰਦਾਸ ਕਰਦੇ ਹਾਂ ਭੁੱਲਾਂ ਬਖਸ਼ਿਓ, ਹਰ ਇਨਸਾਨ ਤੋਂ ਭੁੱਲਾਂ ਹੁੰਦੀਆਂ, ਥੋਥੋਂ ਵੀ ਹੋਈਆਂ, ਸਾਡੋਂ ਸ਼ਾਇਦ ਤੁਹਾਡਾ ਵੀ ਦਿਲ ਦਿਖਾਇਆ ਹੋਵੇ, ਉਹਦੀ ਵੀ ਮਾਫ਼ੀ ਮੰਗਣੀ। ਅਕਾਲੀ ਦਲ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਮੰਗੀ ਜਾ ਰਹੀ ਮੁਆਫ਼ੀ 'ਤੇ ਐਸਟੀਪੀਸੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਗੁਨਾਹਾਂ ਲਈ ਪਸ਼ਚਾਤਾਪ ਕਰਨਾ ਚੰਗੀ ਗੱਲ ਹੈ, ਲੇਕਿਨ ਧਾਰਮਿਕ ਮੁਆਫ਼ੀ ਕਾਨੂੰਨੀ ਮੁਆਫ਼ੀ ਨਹੀਂ ਦਵਾ ਸਕਦੀ। ਮੱਕੜ ਨੇ ਕਿਹਾ ਕਿ ਉਹ ਸਿਹਤ ਠੀਕ ਨਾ ਹੋਣ ਦੇ ਚੱਲਦੇ ਅੱਜ ਅੰਮ੍ਰਿਤਸਰ ਨਹੀਂ ਜਾ ਸਕੇ, ਪਰ 10 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜ਼ਰੂਰ ਜਾਣਗੇ, ਜਿੱਥੇ ਅੱਜ ਸ਼ੁਰੂ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਅਤੇ ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਸਮੇਤ ਪਾਰਟੀ ਦੇ ਹੋਰ ਲੀਡਰ ਵੀ ਸੇਵਾ ਕਰਕੇ ਮੁਆਫ਼ੀ ਮੰਗਣਗੇ। ਸ਼੍ਰੀ ਅਕਾਲ ਤਖਤ ਸਾਹਿਬ ਔਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਮੈਂ ਨਤਮਸਤਕ ਹੋ ਕਰ ਪਿਛਲੇ 10 ਸਾਲ ਮੈਂ ਜੋ ਉਹਨੇ ਯਹਾਂ ਪਰ ਸਰਕਾਰ ਚਲਾਈ ਹੈ, ਉਸਮੇ ਹੋਈ ਕਿਸੀ ਵੀ ਅਵੱਗਿਆ ਕੇ ਲੀਏ, ਧਾਰਮਿਕ ਅਵੱਗਿਆ ਕੇ ਲੀਏ, ਖੇਮਾ ਯਾਚਨਾ ਕੇ ਲੀਏ ਵਹਾਂ ਪਰ ਪਹੁੰਚੀ ਹੈ, ਉਸਨੇ ਅਰਦਾਸ ਬੇਨਤੀ ਕਰਕੇ ਖੇਮਾ ਯਾਚਨਾ ਕੀ ਹੈ, ਔਰ ਵਹਾਂ ਪਰ ਆਜ ਸ਼੍ਰੀ ਅਖੰਡ ਪਾਠ ਸਾਹਿਬ ਵੀ ਪ੍ਰਾਰੰਭ ਕਰ ਦਿੱਤੇ ਗਏ ਹੈ, ਜਿਨਕੇ ਭੋਗ 10, ਜਿਨਕੀ ਸਮਾਪਤੀ 10 ਤਰੀਕ ਕੋ ਵਹਾਂ ਅਕਾਲ ਤਖਤ ਸਾਹਿਬ ਪਰਿਸਰ ਮੇਂ ਹੋਗੀ, ਔਰ ਵਹਾਂ ਪਰ ਅਰਦਾਸ ਕੀ ਜਾਏਗੀ ਖੇਮਾ ਯਾਚਨਾ ਕੀ। ਤੋ ਮੈਂ ਸਮਝਤਾ ਹੂੰ ਕਿ ਕੋਈ ਵੀ ਜੋ ਗੁਰਸਿੱਖ ਹੈ, ਗੁਰੂ ਕੋ ਮਾਨਣੇ ਵਾਲਾ ਹੈ, ਗੁਰੂ ਮੇਂ ਸ਼ਰਧਾ ਰੱਖਤਾ ਹੈ, ਗੁਰੂ ਮੇਂ ਵਿਸ਼ਵਾਸ ਰੱਖਤਾ ਹੈ, ਉਸਕਾ ਇਹ ਧਰਮ ਹੈ, ਉਸਕਾ ਇਹ ਧਰਮ ਹੈ ਕਿ ਉਹ ਕਿਸੀ ਵੀ ਅਵੱਗਿਆ ਕੇ ਲੀਏ, ਕਿਸੀ ਵੀ ਮਰਿਆਦਾ ਕੀ ਉਲੰਘਣਾ ਕੇ ਲੀਏ, ਕਿਸੀ ਵੀ ਧਾਰਮਿਕ ਅਵੱਗਿਆ ਕੇ ਲੀਏ ਉਹ ਗੁਰੂ ਸੇ ਖਿਮਾ ਯਾਚਨਾ ਕਰਤਾ ਹੈ, ਔਰ ਜੋ ਗੁਰੂ ਕੇ ਆਗੇ ਅਰਦਾਸ ਬੇਨਤੀ ਕਰਕੇ ਖਿਮਾ ਯਾਚਨਾ ਕੀ ਜਾਤੀ ਹੈ। ਮੈਂ ਸਮਝਤਾ ਹੂੰ ਕਿ ਕਿਉਂਕਿ ਗੁਰੂ ਕੋ ਹਮ ਸਮਝਤੇ ਹੈ ਕਿ ਗੁਰੂ ਬਖਸ਼ਿੰਦ ਹੈ, ਗੁਰੂ ਜੋ ਹੈ ਵੋ ਹਮਾਰਾ ਬਖਸ਼ਣਹਾਰ ਹੈ, ਤੋ ਹਮਾਰੀ ਗਲਤੀਓ ਕੋ ਵੋ ਮਾਫ਼ ਕਰ ਦੇਂਗੇ, ਔਰ ਮੈਂ ਸਮਝਤਾ ਹੂੰ ਕਿ ਇਹ ਜੋ ਮਾਫ਼ੀ ਹੈ ਜਾਂ ਇਹ ਜੋ ਖਿਮਾ ਯਾਚਨਾ ਹੈ, ਇਹ ਧਾਰਮਿਕ ਮਰਿਆਦਾ ਕੇ ਅਨੁਸਾਰ ਮੰਗੀ ਜਾਤੀ ਹੈ, ਔਰ ਇਸਮੇ ਜੋ ਕੋਈ ਕਾਨੂੰਨੀ ਪੱਖ ਹੋਤਾ ਹੈ ਵੋ ਇਸਮੇ ਨਹੀਂ ਆਤਾ ਹੈ, ਜਾਂ ਜੇ ਕਾਨੂੰਨੀ ਪੱਖ ਮੇਂ ਇਸਕੋ ਨਹੀਂ ਇਸਕੋ ਉਸਮੇ ਨਹੀਂ ਸ਼ਾਮਿਲ ਕੀਆ ਜਾ ਸਕਦਾ ਕਿ ਉਹਨੇ ਖਿਮਾ ਯਾਚਨਾ ਕੀ ਹੈ, ਵੋ ਕਸੂਰਵਾਰ ਹੈ, ਐਸਾ ਨਹੀਂ ਹੈ। ਤੋ ਕਾਨੂੰਨ ਆਪਣਾ ਰਸਤਾ ਅਖਤਿਆਰ ਕਰਤਾ ਹੈ, ਲੇਕਿਨ ਹਮਾਰੇ ਸੇ ਹੋਈ ਜੋ ਵੀ ਗਲਤੀ ਜਾਂ ਕੋਈ ਹੋਤਾ ਹੈ ਐਸਾ ਅਵੱਗਿਆ ਹੋਤੀ ਹੈ, ਉਸਕੇ ਲਈ ਹਮ ਗੁਰੂ ਕੇ ਆਗੇ ਜੋ ਖਿਮਾ ਯਾਚਨਾ ਕਰਤੇ ਹੈ ਵੋ ਧਾਰਮਿਕ ਮਰਿਆਦਾ ਕੇ ਅਨੁਸਾਰ ਹੋਤਾ ਹੈ, ਔਰ ਉਸਮੇ ਹਮੇ ਜੋ ਹੈ ਉਹ ਗੁਰੂ ਪਰ ਭਰੋਸਾ ਔਰ ਨਿਸ਼ਚਾ ਔਰ ਵਿਸ਼ਵਾਸ ਰੱਖ ਕੇ ਹਮ ਇਹ ਕਰਤੇ ਹੈ। ਦੇਖੀਏ ਵਹਾਂ ਪਰ ਜੋ ਸਮੁੱਚੀ ਲੀਡਰਸ਼ਿਪ ਹੈ, ਜਿਸਮੇ ਸਾਹਿਬ ਪ੍ਰਕਾਸ਼ ਸਿੰਘ ਬਾਦਲ, ਸਾਹਿਬ ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਔਰ ਸਭੀ ਜੋ ਹਮਾਰੇ ਆਗੂ ਹੈ, ਡਾਕਟਰ ਦਲਜੀਤ ਸਿੰਘ ਚੀਮਾ ਹੈ ਔਰ ਵੀ ਕਈ ਲੀਡਰ ਹੈ, ਉਹ ਸਭ ਵਹਾਂ ਪਰ ਇਕੱਤਰਿਤ ਹੈ, ਔਰ ਵੋ ਆਜ ਲੰਗਰ ਕੀ ਸੇਵਾ ਕਰੇਂਗੇ, ਜੋੜੇ ਕੀ ਸੇਵਾ ਕਰੇਂਗੇ, ਔਰ ਇਸ 3 ਦਿਨ ਤੱਕ ਚੱਲੇਗਾ, ਪਰਸੋਂ 10 ਤਰੀਕ ਕੋ ਇਸਕੀ ਸ਼੍ਰੀ ਅਖੰਡ ਪਾਠ ਸਾਹਿਬ ਕੀ ਸਮਾਪਤੀ ਹੋ। ਅਤੇ ਹੁਣ ਅਗਲੀ ਖਬਰ ਜਲੰਧਰ ਤੋਂ ਹੈ, ਜਿੱਥੇ ਸ਼ੂਗਰ ਮਿਲ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਅਕਾਲੀ ਸਰਕਾਰ ਦੇ ਕੈਂਡੀਡੇਟ ਆਪਣੇ ਸ਼ੂਗਰ ਮਿਲ ਦੇ ਜੋ ਇਲੈਕਸ਼ਨ ਆਫ ਬੋਰਡ ਡਾਇਰੈਕਟਰ ਦੇ ਹੋ ਰਹੇ ਨੋਮੀਨੇਸ਼ਨ ਫਾਰਮ ਭਰਨ ਲਈ ਪਹੁੰਚੇ ਤਾਂ ਸ਼ੂਗਰ ਮਿਲ ਦੇ ਅਧਿਕਾਰੀਆਂ ਨੇ ਸ਼ੂਗਰ ਮਿਲ ਦੇ ਗੇਟ 'ਤੇ ਤਾਲਾ ਲਗਾ ਦਿੱਤਾ ਅਤੇ ਕਿਸੇ ਨੂੰ ਵੀ ਅੰਦਰ ਜਾਣ ਨਹੀਂ ਦਿੱਤਾ। ਜਿਸ ਤੋਂ ਬਾਅਦ ਅਕਾਲੀ ਸਰਕਾਰ ਦੇ ਕੈਂਡੀਡੇਟ ਨੇ ਕਾਂਗਰਸ ਸਰਕਾਰ ਦੇ ਖਿਲਾਫ਼ ਅਤੇ ਪ੍ਰਸ਼ਾਸਨ ਅਤੇ ਸ਼ੂਗਰ ਮਿਲ ਦੇ ਅਧਿਕਾਰੀਆਂ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਰੇਆਮ ਧੱਕੇਸ਼ਾਹੀ ਹੋ ਰਹੀ ਹੈ,
जिसका वह डट के विरोध करनगे। जदों इस संबंध में पत्रकारों ने शुगर मिल के अधिकारियों नाल गल करन दी कोशिश की थी, तां किसी ने भी जवाब नहीं दिता। इस हंगामे नूं देखदे हुए शाहकोट के DSP दिलबाग सिंह नकोदर दे DSP परमिंदर सिंह पुलिस फोर्स के नाल उत्थे पहुँचे और उन्होंने लोगों को शांत करवाया, जिस तों बाद अकाली दल के वर्कर कैंडीडेट और लोग शुगर मिल तो चले गए। शुगर मिल की इलैक्शन के नॉमीनेशन फार्म भरे जाने से सारे कैंडीडेट अपने कागज़ जोड़े इतने लगने नाल करा के अपने तस्दीके सारे लैके आए ने, किसी को भी अंदर नहीं जान दिता जा रहा। एक पासे पुलिस सौनी तब्दील हो गई है शुगर मिल, तो दूसरे पासे जे उधर दी जाइए तो उधर 150-200 गुंडा कांग्रेसियों ने खड़ाया, जिन्हां दी एक भी वोट इस शुगर मिल च है नहीं। तो जे DR ना संपर्क करिए नहीं मिलता, जे RO ना संपर्क करिए नहीं मिलता। 9 बजे का टाइम RO का सीगा, 8:30 बजे तो वह सारा जेडे बैगे ने एक कैंडीडेट तो उन्होंने तस्दीकी है 8:30 बजे से आके इतने बैठे ने, किसी को भी अंदर नहीं भेजा जा रहा ना जान दिता जा रहा। इतों तक भी जोड़ा अगे अंदर जाता तो पुलिस धक्के मार के बाहर कड़ती है। इन्नी गुंडागर्दी कांग्रेस ने फैलाई पई है। इतने परसों 5 बजे तक वोटा बनिया ही, आखिरी रसीद जी कट्टी है इन्होंने 6:30 बजे लखवीर सिंह मंडियाले की 364 नंबर से, उस तो बाद कल सारिया वोटा इन्हें बना के फिर भी इलैक्शन तो डरते हैं। आ देखो जिमीदार तबका खड़ा तो मिल के वोटर सपोटर खड़े आ, जे इन्होंने वोटा बना के भी यो करतूत करनी सी तो फिर कल वोटा बना की लड़ थी। उधर चा परले बल्ले जाके कैमरा मार लो, 250-250 गुंडा आया सिरों मोना जोड़ा कि खप कर ली इन्होंने मंगाया, इस करके भी प्रैशर बनाने ली भी इन्हों डराया धमकया जाए। सो मैं 3 नंबर जोन तो इलैक्शन लड़ रहा जी श्रोमणी अकाली दल वालों, पेपर मेरे तैयार आ, तस्दीकी तैयार आ, सारे पेपर लैके आए हैं, तो अंदर नहीं जान दिता। तुहाडा नाम की है जी? सुखवंत सिंह रौली जी। जलंधर के थाना डिवीजन 1 के बाहर एक ASI वालों अपने ही बेटे नूं गोली मारन का मामला सामने आया, जिस तों बाद अफड़ा तफड़ी मच गई और फायरिंग तो बाद ASI मौके तो फरार हो गया। जानकारी मुताबिक थाना 1 विच तैनात ASI सुखराज सिंह दा बेटा उन्हां दे कहने विच नहीं अते उसने परिवार की मर्जी तो बिना किसी लड़की नाल व्याह करवा लिया सी। इस तो बाद जदों उह अपने पिता नूं मिलण लई थाने पहुंचा तो उत्थे दोनों विच बहस हो गई, जिस तों बाद ASI ने गोली चला दित्ती। सूत्रां मुताबिक ASI ने गोली अपने बेटे ते चलाई सी, पर पुलिस अधिकारी उसनूं हवाई फायर दस रहे ने। फिलहाल पुलिस ने उत्थे मौजूद चाह वाले के बयान के आधार पर मामला दर्ज करके अगे की कार्रवाई शुरू कर दी है। किन्ने साल हो गए तुहानूं इत्थे चाह दे? हो गए 1.5 साल। हाँ जी, की गल की सी गल भाजी? पता नहीं, कोई आदमी जी सीगा इत्थे खड़े खड़े बाद एक दूजे नाल ही रोल पे। अच्छा जी, कौन सी इंस्पेक्टर साहब खड़े सी? इंस्पेक्टर नहीं, अपने थानेदार सीगा। केड़े थानेदार सी? थानेदार सुखराज नवें आई सी इत्थे। अच्छा जी, ਕੀ ਉਹਨਾਂ ਦੀ ਪਹਿਲੇ ਲੜਾਈ ਹੋ ਰਹੀ ਸੀ? ਨਾ ਨਾ, ਬਸ ਉੱਥੇ ਖੜੇ ਖੜੇ ਪਤਾ ਨਹੀਂ ਕੀ ਹੋਇਆ ਇੱਕ ਦੂਜੇ ਨੂੰ। ਬਾਅਦ ਪਏ ਉਹਦੇ ਚਲ ਗਏ ਅਤੇ ਬਾਅਦ 'ਚ ਉਹ ਵੀ ਇੱਧਰ ਨੂੰ ਚਲ ਗਏ, ਇੱਕ ਇੱਧਰ ਨੂੰ ਚਲਾ ਗਿਆ, ਇੱਕ ਇੱਧਰ ਨੂੰ ਚਲਾ ਗਿਆ। ਲੜਦੇ ਸੀ ਜਾਣੀ ਆਪਸ ਵਿੱਚ ਹੀ। ਮੈਂ ਤਾਂ ਕੁਦਰਤੀ ਉੱਧਰੋਂ ਆਉਂਦਾ ਸੀ, ਦੇਖਿਆ ਤਾਂ ਮੈਂ ਕਿਹਾ ਯਾਰ ਪਤਾ ਨਹੀਂ ਕੀ, ਇੱਥੇ ਸਾਰੀ ਦੁਨੀਆ ਇਕੱਠੀ ਹੋਈ ਸੀਗੀ। ਅੱਛਾ ਜੀ। ਕੋਈ ਥਾਣੇ ਤੋਂ ਥਾਣੇ ਤੋਂ ਅੰਦਰੋਂ ਕੋਈ ਨਹੀਂ ਆਇਆ ਸੀ? ਥਾਣੇ ਤੋਂ ਪਹਿਲਾਂ ਤਾਂ ਕੋਈ ਨਹੀਂ ਆਇਆ, ਬਾਕੀ ਬਾਹਰ ਸਾਰੇ ਆ ਗਏ। ਅੱਛਾ ਜੀ, ਅਤੇ ਕਿੰਨੀ ਫਾਇਰਿੰਗ ਕਿੰਨੀ ਹੋਈ ਹੈ? ਪਤਾ ਨਹੀਂ, ਮੈਂ ਦੇਖੀ ਤਾਂ ਹੈ ਨਹੀਂ, ਨਾ ਆਵਾਜ਼ ਸੁਣੀ ਹੈ। ਮੈਂ ਉਧਰੋਂ ਤੁਰਿਆ ਆਉਂਦਾ ਸੀ, ਜਦੋਂ ਇੱਥੇ ਆਪਸ ਵਿੱਚ ਪਾਨੀ ਸਾਈਡ ਤਾਂ ਜਿੱਥੇ ਗੱਡੀ ਖੜੀ ਆ। ਅੱਛਾ ਜੀ, ਉੱਥੇ ਆਪਸ ਵਿੱਚ ਹੀ ਬਹਿਸਣ ਡੇ ਸੀਗੇ। ਇਹ ਕੱਲ੍ਹ ਇੱਕ ਇੰਸੀਡੈਂਟ ਰਿਪੋਰਟ ਹੋਇਆ 5 ਵਜੇ ਕਰੀਬ 5 ਵਜੇ ਉੱਥੇ ASI ਸੁਖਰਾਜ ਸਿੰਘ ਜਿਹੜਾ ਉੱਥੇ ਪੋਸਟਡ ਸੀਗਾ Division No. 1 'ਚ, ਉਹਨੂੰ ਦੱਸਦੇ ਆ ਵੀ ਉਹਦਾ ਮੁੰਡਾ ਮਿਲਣ ਆਇਆ ਸੀਗਾ। ਮੁੰਡੇ ਉਹਦੇ ਨੇ ਕੋਈ ਰੀਸੈਂਟਲੀ ਕੋਈ ਆਪਣੀ ਮਰਜ਼ੀ ਨਾਲ ਮੈਰਿਜ ਕਰਾਈ ਆ, ਜਿਹੜਾ ਕਿ ASI ਉਹਦੇ ਹੱਕ 'ਚ ਨਹੀਂ ਸੀਗਾ। ਇਸ ਗੱਲ ਨੂੰ ਉਹ ਲੈ ਕੇ ਬਾਹਰ ਖੜ੍ਹੇ ਸੀਗੇ, ਉੱਥੇ ਇਹਦਾ ਮੁੰਡੇ ਦਾ ਅਤੇ ਇਹਦਾ ਆਪਸੀ ਤਕਰਾਰ ਹੋਇਆ, ਉੱਥੇ ਇਹਨੇ ਜਿਹੜਾ ਹਵਾਈ ਫਾਇਰ ਕੀਤਾ। ਅਤੇ ਅਸੀਂ ਇਸ ਇੰਸੀਡੈਂਟ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਦੇ ਜਿਹੜਾ FIR ਦਰਜ ਕੀਤੀ ਇਹਦੇ ਸੁਖਰਾਜ ਸਿੰਘ ਦੇ। ਸੁਖਰਾਜ ਸਿੰਘ ਹੁਣ ਉੱਥੋਂ ਅੱਜ ਤੱਕ ਮਿਸਿੰਗ ਹੈ, ਉੱਥੋਂ ਆਇਆ ਨਹੀਂ ਦੁਬਾਰਾ ਡਿਊਟੀ 'ਤੇ, ਨਾ ਹੀ ਉਹਦਾ ਮੁੰਡਾ ਵਾਪਸ ਆਇਆ। ਹੁਣ ਅਸੀਂ ਤਫਤੀਸ਼ ਕਰਦੇ ਹਾਂ, ਸੁਖਰਾਜ ਸਿੰਘ ਨੂੰ ਜੁਆਇਨ ਕਰਾਉਂਦੇ, ਉਹਦੇ ਮੁੰਡੇ ਨੂੰ ਕਰਾਉਂਦੇ ਹਾਂ ਵੀ ਕਾਰਨ ਕੀ ਸੀ ਕਹਿਦਾ। ਹਾਂ, FIR ਦਰਜ ਕਰ ਲਈ ਇਹਦੀ। ਕਿਸ ਦੀਆਂ ਧਾਰਾਵਾਂ? 336 IPC ਦੀ। हरियाणा के रतिया इलाके विच एक होर सुधार प्रोग्राम के डायरेक्टर रॉकी मित्तल पहुंचे, जिथे उन्होंने इलाके विच लगातार वध रही नशे दीआं घटनावां का जायजा लिया।
ਘੱਗਰ ਨਦੀ ਦੇ ਆਸ-ਪਾਸ ਵਸੇ ਲੋਕਾਂ ਨੇ ਰੌਕੀ ਮਿੱਤਲ ਨੂੰ ਦੱਸਿਆ ਕਿ ਨਸ਼ੇ ਨਾਲ ਜੁੜੇ ਤਸਕਰ ਅਤੇ ਨਸ਼ੇ ਦੇ ਆਦੀ ਲੋਕ ਲਗਾਤਾਰ ਇਹਨਾਂ ਇਲਾਕਿਆਂ ਵਿੱਚ ਘੁੰਮਦੇ ਨੇ, ਲੇਕਿਨ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤਾਂ ਉਸ ਵੇਲੇ ਨਸ਼ੇ ਦੇ ਆਦੀ ਲੋਕ ਉਹਨਾਂ ਦੇ ਨਾਲ ਕੁੱਟਮਾਰ ਕਰਦੇ ਨੇ। ਇੰਨਾ ਹੀ ਨਹੀਂ, ਲੋਕਾਂ ਵੱਲੋਂ ਪੁਲਿਸ 'ਤੇ ਵੀ ਗੰਭੀਰ ਦੋਸ਼ ਲਗਾਏ ਗਏ ਅਤੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨਸ਼ਾ ਤਸਕਰਾਂ ਦੇ ਨਾਲ ਮਿਲੀ ਹੋਈ ਹੈ ਅਤੇ ਪੈਸੇ ਲੈ ਕੇ ਨਸ਼ਾ ਤਸਕਰਾਂ ਨੂੰ ਛੱਡ ਦਿੰਦੀ ਹੈ। ਇਸ ਸਭ ਤੋਂ ਬਾਅਦ ਰੌਕੀ ਮਿੱਤਲ ਨੇ ਲੋਕਾਂ ਤੋਂ 4 ਦਿਨ ਦਾ ਸਮਾਂ ਮੰਗਿਆ। ਉਹਨਾਂ ਕਿਹਾ ਕਿ 4 ਦਿਨ ਬਾਅਦ ਪੁਲਿਸ ਦੇ ਕਾਰਜ ਪ੍ਰਣਾਲੀ ਵਿੱਚ ਸੁਧਾਰ ਜ਼ਰੂਰ ਆਵੇਗਾ। ਅੱਤਵਾਦੀ ਜ਼ਾਕਿਰ ਮੂਸਾ ਦੇ ਪੰਜਾਬ ਵਿੱਚ ਲੁਕੇ ਹੋਣ ਦੀ ਸੰਭਾਵਨਾ ਦੇ ਚੱਲਦੇ ਪੰਜਾਬ ਪੁਲਿਸ ਵੱਲੋਂ ਥਾਂ ਥਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦੇ ਲੁਧਿਆਣਾ ਦੇ ਬੱਸ ਸਟੈਂਡ 'ਤੇ ਵੀ ਪੁਲਿਸ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਪੂਰੀ ਚੈਕਿੰਗ ਦੌਰਾਨ ਲੋਕਾਂ ਦੇ ਸਮਾਨ ਦੀ ਵੀ ਚੈਕਿੰਗ ਕੀਤੀ ਗਈ ਅਤੇ ਆਈਡੀ ਕਾਰਡ, ਆਧਾਰ ਕਾਰਡ ਅਤੇ ਹੋਰ ਪਛਾਣ ਪੱਤਰ ਵੀ ਦੇਖੇ ਗਏ। ਪੁਲਿਸ ਦਾ ਕਹਿਣਾ ਹੈ ਕਿ ਸੀਨੀਅਰ ਅਧਿਕਾਰੀਆਂ ਵੱਲੋਂ ਹੁਕਮ ਜਾਰੀ ਹੋਏ ਨੇ ਕਿ ਜੋ ਲੋਕ ਬਾਹਰ ਤੋਂ ਆ ਰਹੇ ਨੇ ਉਹਨਾਂ ਦੇ ਪਛਾਣ ਪੱਤਰ ਦੇਖੇ ਜਾਣ ਅਤੇ ਪੂਰੀ ਚੌਕਸੀ ਨਾਲ ਚੈਕਿੰਗ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਮੂਸੇ ਦੇ ਬਾਰੇ ਜੋ ਆਊਟਪੁੱਟ ਆ ਰਹੀਆਂ ਨੇ ਜੀ, ਉਹਦੇ ਵਿੱਚ ਵੀ ਉਹ ਭੇਸ ਬਦਲ ਕੇ ਰਹਿ ਰਿਹਾ ਵਾ, ਕੋਈ ਵੀ ਭੇਸ ਹੁਣ ਦੀ ਜਿਹੜੀ ਹੈਗਾ ਵਾ ਵੀ ਉਹ ਸਰਦਾਰ ਦੇ ਭੇਸ ਵਿੱਚ ਹੈਗਾ ਵਾ, ਕਿਸੇ ਵੀ ਭੇਸ ਦੇ ਵਿੱਚ ਉਹ ਆਪਣਾ ਭੇਸ ਬਦਲ ਲੈਂਦਾ ਵਾ, ਉਹਦੇ ਮੱਦੇਨਜ਼ਰ ਰੱਖ ਕੇ ਚੈਕਿੰਗ ਕੀਤੀ ਜਾ ਰਹੀ ਆ। ਜਿਹੜਾ ਕੋਈ ਉਹਨਾਂ ਦੇ ਨਾਲ ਮੇਲ ਖਾਂਦਾ ਕੋਈ ਵਿਅਕਤੀ ਮਿਲਦਾ ਵਾ ਉਹਨੂੰ ਪੂਰੇ ਥੋਰੋਲੀ ਚੈੱਕ ਕੀਤਾ ਜਾਂਦਾ ਜੀ ਵੀ ਕਿੱਥੋਂ ਦੇ ਰਹਿਣ ਵਾਲਾ ਜੀ ਜੀ, ਡਾਕੂਮੈਂਟ ਵਗੈਰਾ ਪੂਰੇ ਥੋਰੋਲੀ ਚੈੱਕ ਕਰੀਦੇ ਜੀ, ਉਹ ਉਸ ਦੇ ਨਾਲ ਮਿਲਦੇ ਹੁਲੀਆ ਜੈਸੇ ਉਸਕਾ ਕੋਈ ਆਈ ਡੀ ਪਰੂਫ ਹੈ ਚੈੱਕ ਕਰਨਾ, ਅਗਰ ਕੋਈ ਜ਼ਿਆਦਾ ਹੀ ਡਾਊਟਫੁੱਲ ਹੈ ਉਸਕਾ ਵੈਰੀਫਾਈ ਕਰਨਾ ਵੀ ਇਹ ਜੋ ਆਈ ਡੀ ਪਰੂਫ ਵਗੈਰਾ ਸਹੀ ਹੈ ਕਿ ਜਾਂ ਗਲਤ ਤੋਂ ਨਹੀਂ ਹੈ। ਸ਼ਿਮਲਾ ਦੇ ਕਾਲੀਬਾੜੀ ਹਾਲ ਵਿੱਚ ਵੱਖ ਵੱਖ ਕਿਸਾਨ ਸੰਗਠਨਾਂ ਅਤੇ ਪ੍ਰਗਤੀਸ਼ੀਲ ਕਿਸਾਨਾਂ ਦਾ ਇੱਕ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਸੈਸ਼ਨ ਵਿੱਚ 10 ਖੰਡਾਂ ਤੋਂ 250 ਦੇ ਕਰੀਬ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਸੈਸ਼ਨ ਵਿੱਚ ਹਿਮਾਚਲ ਪ੍ਰਦੇਸ਼ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ APMC ਦੀ 60-ਗਾਂਠ ਨਾਲ ਸੇਬ ਬਾਗਵਾਨਾਂ ਦੀ ਆੜ੍ਹਤੀਆਂ ਵੱਲੋਂ ਲੁੱਟ ਅਤੇ ਸ਼ੋਸ਼ਣ 'ਤੇ ਵਿਸਤਾਰ ਰੂਪ ਵਿੱਚ ਚਰਚਾ ਕੀਤੀ ਗਈ। ਠਿਓਗ ਦੇ CPM ਦੇ ਵਿਧਾਇਕ ਅਤੇ ਕਿਸਾਨ ਨੇਤਾ ਰਾਕੇਸ਼ ਸਿੰਘਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਆੜ੍ਹਤੀ ਸੇਬ ਬਾਗਵਾਨਾਂ ਨੂੰ ਲੁੱਟ ਰਹੇ ਨੇ, ਪੈਸਾ ਨਾ ਮਿਲਣ ਕਾਰਨ ਬਾਗਵਾਨ ਬਾਗਵਾਨੀ ਛੱਡਣ ਨੂੰ ਮਜਬੂਰ ਹੋ ਰਹੇ ਨੇ। APMC ਕਿਸਾਨਾਂ ਤੋਂ ਮਾਰਕੀਟ ਫੀਸ ਲੈਂਦੀ ਹੈ ਪਰ ਉਹ ਆੜ੍ਹਤੀਆਂ ਦੇ ਨਾਲ ਮਿਲ ਕੇ ਬਾਗਵਾਨਾਂ ਨੂੰ ਲੁੱਟਣ ਵਿੱਚ ਮਦਦ ਕਰ ਰਹੀ ਹੈ। APMC ਐਕਟ 2005 ਨੂੰ ਬਿਲਕੁਲ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਆੜ੍ਹਤੀ ਐਸੋਸੀਏਸ਼ਨ ਪ੍ਰਦੇਸ਼ ਵਿੱਚ ਸੇਬ ਬਾਗਵਾਨਾਂ ਤੋਂ ਵੱਖ ਵੱਖ ਮਾਰਕੀਟ ਵਿੱਚ ਮਨਮਰਜ਼ੀ ਨਾਲ ਪ੍ਰਤੀ ਪੇਟੀ ਕਟੌਤੀ ਕਰ ਰਹੀ ਹੈ। ਸੈਸ਼ਨ ਵਿੱਚ ਨਿਰਣਾ ਕੀਤਾ ਗਿਆ ਹੈ ਕਿ ਆਉਣ ਵਾਲੀ 31 ਜਨਵਰੀ 2018 ਤੱਕ ਖੰਡ ਪੱਧਰ 'ਤੇ ਬਾਗਵਾਨਾਂ ਦੇ ਸੈਸ਼ਨ ਕੀਤੇ ਜਾਣਗੇ ਅਤੇ APMC ਅਤੇ ਆੜ੍ਹਤੀਆਂ ਦੀ ਲੁੱਟ ਦੇ ਖਿਲਾਫ ਬਜਟ ਸੈਸ਼ਨ ਦੇ ਦੌਰਾਨ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਕਿਸਾਨ ਸੰਘਰਸ਼ ਸਮਿਤੀ ਦਾ ਜੋ ਉਦੇਸ਼ ਹੈ ਉਹ ਹੈ ਕਿ ਜੋ ਪਿਛਲੇ ਵਰਸ਼ੋ ਮੇਂ ਔਰ ਖਾਸ ਤੌਰ ਇਸ ਵਰਸ ਜੋ ਮੰਡੀਓ ਮੇਂ ਕਿਸਾਨੋਂ ਕੀ ਲੂਟ ਹੋਈ ਹੈ, ਜੋ ਸੇਬ ਵੇਚਤਾ ਹੈ ਉਸਕੋ ਅਭੀ ਤੱਕ ਹਮ ਸਮਝਤੇ ਹੈ ਕਿ 35% ਕਿਸਾਨ ਕੋ ਏਕ ਨਯਾ ਪੈਸਾ ਨਹੀਂ ਦੀ ਆੜ੍ਹਤੀ ਨੇ, ਸੇਬ ਖਰੀਦ ਲੀਏ ਚਲੇ ਗਏ ਹੈ, ਮੋਬਾਈਲ ਫੋਨ ਸਵਿਚ ਆਫ ਹੋ ਗਏ। ਵਿਧਾਨ ਸਭਾ ਕਾ ਸੱਤਰ ਜੋ ਪਿਛਲੇ ਦਿਨੋਂ ਹੁਆ ਥਾ ਉਸਮੇਂ ਹਿਮਾਚਲ ਪ੍ਰਦੇਸ਼ ਸਰਕਾਰ ਨੇ ਵਾਇਦਾ ਕੀਆ ਥਾ ਕਿ ਜੋ ਅਧਿਕਤਰ ਕਟੌਤੀਆਂ ਮੰਡੀਓ ਮੇਂ ਕੀ ਜਾ ਰਹੀ ਹੈ ਉਸ ਪਰ ਪ੍ਰਤੀਬੰਧ ਲੱਗੇਗਾ, 5 ਰੁਪਏ ਸੇ ਅਧਿਕ ਕਿਸਾਨ ਸੇ ਨਹੀਂ ਕਾਟੇ ਜਾਏਂਗੇ। ਜਿਸ ਦਿਨ ਆਖਰੀ ਨਿਲਾਮੀ ਸੇਬ ਕੀ ਹੋਈ ਹੈ ਉਸ ਦਿਨ ਵੀ ਇਹ ਮੰਡੀਓ ਮੇਂ 30-30 ਰੁਪਏ ਕੀ ਕਟੌਤੀ ਕੀ ਗਈ ਇਹ ਪੇਟੀ ਉਤਾਰਨੇ ਕੇ ਨਾਮ। ਔਰ ਇਸ ਸੰਘਰਸ਼ ਸਮਿਤੀ ਨੇ ਨਿਰਣੇ ਲਿਆ ਹੈ ਜਨਵਰੀ ਕੇ ਮਹੀਨੇ ਤੱਕ ਸਭੀ ਬਲਾਕੋਂ ਮੇਂ ਕਿਸਾਨੋਂ ਕੋ ਸੰਗਠਿਤ ਕੀਆ ਜਾਏਗਾ ਔਰ ਉਸਕੇ ਬਾਅਦ ਇਹ ਮਾਰਚ ਮੇਂ ਜਬ ਇਹ ਵਿਧਾਨ ਸਭਾ ਕਾ ਸੱਤਰ ਹੋਗਾ ਤੋ ਸਾਰੇ ਕਿਸਾਨੋਂ ਕੇ ਸਾਥ ਵਿਧਾਨ ਸਭਾ ਕੀ ਔਰ ਕੂਚ ਕਰੇਂਗੇ ਜਿਸਸੇ ਕਿ ਇਹ ਜੋ ਲੂਟ ਘਸੂਟ ਜ਼ੁਲਮ ਅਤਿਆਚਾਰ ਹੈ ਇਸ ਪਰ ਰੋਕ ਲਗਾਈ ਜਾਏ। ਪਹਾੜਾਂ ਦੀ ਰਾਣੀ ਸ਼ਿਮਲਾ ਵਿੱਚ ਲੋਕ ਮੌਤ ਦੇ ਸਾਏ ਵਿੱਚ ਜੀ ਰਹੇ ਨੇ। ਬ੍ਰਿਟਿਸ਼ ਸ਼ਾਸਨ ਕਾਲ ਦੇ
ਸਮੇਂ ਵਿੱਚ ਵਸਾਈ ਗਈ ਰਾਜਧਾਨੀ ਸ਼ਿਮਲਾ ਦੀਆਂ ਜ਼ਿਆਦਾਤਰ ਇਮਾਰਤਾਂ ਅੱਜ ਆਪਣੀ ਉਮਰ ਪੂਰੀ ਕਰ ਚੁੱਕੀਆਂ ਨੇ, ਜਿਨ੍ਹਾਂ ਵਿੱਚੋਂ ਕਈ ਭਵਨ ਅੱਜ ਡਿੱਗਣ ਦੀ ਕਗਾਰ 'ਤੇ ਨੇ, ਲੇਕਿਨ ਲੋਕ ਉਹਨਾਂ ਨੂੰ ਖਾਲੀ ਕਰਨ ਲਈ ਤਿਆਰ ਨਹੀਂ। ਦੱਸ ਦਈਏ ਕਿ ਸ਼ਿਮਲਾ ਸ਼ਹਿਰ ਵਿੱਚ 250 ਇਮਾਰਤਾਂ ਅਜਿਹੀਆਂ ਨੇ ਜਿਨ੍ਹਾਂ ਨੂੰ ਨਗਰ ਨਿਗਮ ਨੇ ਅਸੁਰੱਖਿਅਤ ਘੋਸ਼ਿਤ ਕਰ ਦਿੱਤਾ, ਪਰ ਇਹਨਾਂ ਭਵਨਾਂ ਨੂੰ ਤੋੜਨ ਜਾਂ ਖਾਲੀ ਕਰਵਾਉਣ ਨੂੰ ਲੈ ਕੇ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ ਅਤੇ ਪ੍ਰਸ਼ਾਸਨ ਖੁਦ ਹੀ ਕਿਸੇ ਵੱਡੇ ਹਾਦਸੇ ਨੂੰ ਦਾਵਤ ਦੇ ਰਿਹਾ। ਹਰ ਸਾਲ ਬਾਰਿਸ਼ ਦੇ ਦਿਨਾਂ ਵਿੱਚ ਸ਼ਿਮਲਾ ਵਿੱਚ ਅਸੁਰੱਖਿਅਤ ਭਵਨ ਤਾਸ਼ ਦੇ ਪੱਤਿਆਂ ਵਾਂਗ ਢਹਿ ਢੇਰੀ ਹੋ ਰਹੇ ਨੇ। ਹਾਦਸੇ ਤੋਂ ਬਾਅਦ ਵੀ ਨਗਰ ਨਿਗਮ ਦੀ ਨੀਂਦ ਨਹੀਂ ਖੁੱਲ ਰਹੀ ਅਤੇ ਨਗਰ ਨਿਗਮ ਭਵਨਾਂ ਨੂੰ ਕੇਵਲ ਅਸੁਰੱਖਿਅਤ ਘੋਸ਼ਿਤ ਕਰਕੇ ਇਸ ਮਾਮਲੇ ਤੋਂ ਆਪਣਾ ਪੱਲਾ ਝਾੜਦਾ ਹੋਇਆ ਨਜ਼ਰ ਆ ਰਿਹਾ। ਇਸ ਮਾਮਲੇ ਵਿੱਚ ਜਦੋਂ ਨਗਰ ਨਿਗਮ ਮੇਅਰ ਕੁਸੁਮ ਸਦਰੇਟ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਈ ਇਮਾਰਤਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ, ਪਰ ਮਕਾਨ ਮਾਲਿਕ ਅਤੇ ਕਿਰਾਏਦਾਰਾਂ ਦੇ ਆਪਸੀ ਝਗੜਿਆਂ ਦੇ ਚੱਲਦੇ ਇਹਨਾਂ ਮਕਾਨਾਂ ਨੂੰ ਖਾਲੀ ਨਹੀਂ ਕੀਤਾ ਜਾ ਰਿਹਾ। ਔਰ ਕਿਉਂਕਿ 150 ਸਾਲ ਪੁਰਾਣਾ ਸ਼ਹਿਰ ਹੈ ਤਾਂ ਬਿਲਡਿੰਗਸ ਵੀ ਬਹੁਤ ਪੁਰਾਣੀ ਹੈ ਔਰ ਇਸਮੇਂ ਦਿੱਕਤ ਇਹ ਹੈ ਕਿ ਜੋ ਓਨਰ ਹੈ ਜਾਂ ਤਾਂ ਬਾਹਰ ਹੈ ਔਰ ਅਗਰ ਜੋ ਕਿਰਾਏਦਾਰ ਹੈ ਉਹ ਛੋੜਤੇ ਨਹੀਂ ਹੈ ਔਰ ਜੋ ਮੈਕਸੀਮਮ ਜਿੰਨੇ ਵੀ ਕਿਰਾਏਦਾਰ ਹੈ ਸਾਰੇ ਜੋ ਹੈ ਉਸਕੇ ਕੇਸਿਸ ਜੋ ਕੋਰਟ ਮੇਂ ਲਗੇ ਹੋਏ ਉਸਸੇ ਕਿਆ ਹੋਤਾ ਹੈ ਜੋ ਕੇਸ ਜੋ ਲੰਬੇ ਖਿੱਚ ਜਾਤੇ ਹੈ ਔਰ ਦਿੱਕਤ ਬਹੁਤ ਹੋ ਜਾਤੀ ਹੈ ਔਰ ਬਲਕਿ ਹਮਾਰਾ ਜੋ ਪ੍ਰਯਾਸ ਰਹਿਤਾ ਕਿ ਹਮ ਲੋਗੋਂ ਕੋ ਲਗ ਜੈਸੇ ਹਮੇਂ ਪਤਾ ਚਲਤਾ ਕਿ ਇਤਨੀ ਜੋ ਬਿਲਡਿੰਗ ਹੈ ਵੋ ਅਨਸੇਫ ਹੈ ਤੋ ਹਮ ਲੋਗ ਉਨਕੋ ਇੱਕ ਨੋਟਿਸ ਭਿਜਵਾ ਦੇਤੇ ਹੈ ਕਿ ਇਹ ਬਿਲਡਿੰਗ ਅਨਸੇਫ ਹੈ ਤੋ ਫਿਰ ਵੀ ਉਹ ਲੋਕ ਖਾਲੀ ਨਹੀਂ ਕਰਤੇ ਇਹ ਬਹੁਤ ਬੜੀ ਦਿੱਕਤ ਹੈ ਇੱਕ ਤੇ ਹੁਣ ਜਾਂਦੇ ਇੱਕ ਨਜ਼ਰ ਹੈਡਲਾਈਨਸ ਤੇ ਜ਼ਾਕਿਰ ਮੂਸਾ ਨੂੰ ਲੈ ਕੇ ਥਾਂ ਥਾਂ ਤੇ ਹੋ ਰਹੀਆਂ ਨੇ ਤਲਾਸ਼ੀਆਂ ਲੁਧਿਆਣਾ ਵਿੱਚ ਵੀ ਚਲਾਇਆ ਗਿਆ ਤਲਾਸ਼ੀ ਅਭਿਆਨ ਸੇਬ ਦੀ ਬਾਗਵਾਨੀ ਕਰਨ ਵਾਲੇ ਆੜ੍ਹਤੀਆਂ ਦੀ ਲੁੱਟ ਤੋਂ ਪਰੇਸ਼ਾਨ ਬਾਗਵਾਨੀ ਕਰਨ ਵਾਲੇ ਸੇਬ ਦੀ ਬਾਗਵਾਨੀ ਛੱਡਣ ਨੂੰ ਮਜਬੂਰ ਪਹਾੜਾਂ ਦੀ ਰਾਣੀ ਸ਼ਿਮਲਾ ਵਿੱਚ ਕਈ ਇਮਾਰਤਾਂ ਦਹਿਸ਼ਤ ਦੇ ਸਾਏ ਵਿੱਚ ਕਦੇ ਵੀ ਵਾਪਰ ਸਕਦਾ ਵੱਡਾ ਹਾਦਸਾ ਪ੍ਰਸ਼ਾਸਨ ਨਹੀਂ ਦੇ ਰਿਹਾ ਕੋਈ ਧਿਆਨ ਹੈਲਮਟ ਪਾ ਕੇ ਆਏ ਚੋਰਾਂ ਨੇ ਚੋਰੀ ਦੀ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਘਟਨਾ ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਕਾਰਵਾਈ ਸ਼ੁਰੂ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਸ਼੍ਰੋਮਣੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਭੁੱਲਾਂ ਬਖਸ਼ਾਉਣ ਲਈ ਆਏ ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਕਾਲੀ ਦਲ ਦੇ ਮੁਆਫ਼ੀ ਮੰਗਣ ਤੇ ਆਇਆ ਮੱਕੜ ਦਾ ਬਿਆਨ ਕਿਹਾ ਗੁਨਾਹਾਂ ਲਈ ਪਸ਼ਚਾਤਾਪ ਕਰਨਾ ਚੰਗੀ ਗੱਲ ਜਲੰਧਰ ਦੀ ਸ਼ੂਗਰ ਮਿੱਲ ਵਿੱਚ ਹੋਇਆ ਹੰਗਾਮਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਕਰਵਾਇਆ ਸ਼ਾਂਤ ASI ਨੇ ਆਪਣੇ ਹੀ ਬੇਟੇ ਤੇ ਚਲਾਈ ਗੋਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਕਾਰਵਾਈ ਸ਼ੁਰੂ ਰੌਕੀ ਮਿੱਤਲ ਨੇ ਕੀਤਾ ਰਤੀਆ ਇਲਾਕੇ ਦਾ ਦੌਰਾ ਨਸ਼ੇ ਦੀ ਰੋਕਥਾਮ ਜਲਦ ਕਰਨ ਦਾ ਲੋਕਾਂ ਨੂੰ ਦਿੱਤਾ ਭਰੋਸਾ ਤੁਸੀਂ ਸੁਣ ਰਹੇ ਸੀ ਸਾਡੀ ਅਤੇ ਤੁਹਾਡੀ ਸਾਰਿਆਂ ਦੀ ਗੱਲ ਪੰਜਾਬ ਦੀ ਇਸ ਬੁਲੇਟਿਨ ਵਿੱਚ ਫਿਲਹਾਲ ਇਹਨਾਂ ਹੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ